ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਹਾਂ ਜੀ ਪੰਜਾਬੀ ਖਬਰਾਂ ਦਾ ਤਾਜ਼ਾ ਬੁਲੇਟਿਨ ਤੇ ਗੱਲਬਾਤ ਕਰਦੇ ਹਾਂ ਜੀ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਦੇ ਹੋ ਤੇ ਬਾਅਦ ਇਹਨਾਂ ਜੀ ਅੱਜ ਦੀ ਪਹਿਲੀ ਵੱਡੀ ਖਬਰ ਦੇ ਬਲ ਪਰੋਇ ਪਰ ਵਿੱਚ ਗੁੰਡਾਗਰਦੀ ਦੀ ਹਾਦਸਾ ਭਰੇ ਬਾਜ਼ਾਰ ਦੇ ਵਿੱਚ ਤਲਵਾਰਾਂ ਦੇ ਨਾਲ ਵੱਢ ਦਿੱਤੀ ਜਨਾਨੀ ਨਿਆਣ ਦੋਸਤੋ ਪ੍ਰੋਪਰ ਸ਼ੌਣੀ ਦੇ ਬਾਜਵਾਲਾ ਚੌਂਕ ਦੇ ਵਿੱਚ ਮੋਟਰਸਾਈਕਲ ਸਵਾਰ ਨੇ ਸ਼ਰੀਆਮਤ 37 ਹਥਿਆਰਾਂ ਦੇ ਨਾਲ ਇੱਕ ਔਰਤ ਤੇ ਜਾਣ ਲੇਵਾ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਆਕਤਾ ਮੋਟਰਸਾਈਕਲ ਸਵਾਰ ਨੋਇਬਾਨ ਵਾਰ ਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ ਤੇ ਜ਼ਖਮੀ ਔਰਤ ਦੀ ਪਛਾਣ ਕਮਲੇ ਸ਼ੋਭਜੋ ਹੋਈਆ ਤੇ ਹਦੀ ਉਮਰ ਕਰੀਬ 48 ਸਾਲ ਹੈ ਤੇ ਜਾਣਕਾਰੀ ਮਿਲਣ ਤੇ ਐਸਪੀ ਇੱਕ ਅਨਵੈਸਟੀਗੇਸ਼ਨ ਨਾ ਅਰੰਤੀਰਾ ਸਿੰਘ ਅਤੇ ਐਸਪੀ ਗੁਰਮੀਤ ਸਿੰਘ ਚੀਮਾ ਘਟਨਾ ਵਾਲੀ ਥਾਂ ਤੇ ਪਹੁੰਚਿਆ ਤੇ ਜ਼ਖਮੀ ਔਰਤ ਨੂੰ ਫਰੋਹੀਪੁਰ ਦੇ ਸਿਵਲ ਹਸਪਤਾਲ ਲਾਇਲ ਦੇ ਲਈ ਦਾਖਲ ਕਰਵਾਇਆ ਗਿਆ ਤੇ ਪੁਲਿਸ ਦੇ ਵੱਲੋਂ ਘਟਨਾ ਨੂੰ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ ਅਗਲੀ ਖਬਰ ਹੈ ਪੰਜਾਬ ਦੇ ਵਿੱਚ ਮੌੜਾ ਬਦਲੇਗਾ ਮੌਸਮਾ ਹੋਵੇਗੀ ਬੂੰਦਾਬੰਦੀ ਅਤੇ ਚੱਲਣ ਗਈਆਂ ਤੇਜ਼ ਹਵਾਵਾਂ ਜਾਣੋ ਮੌਸਮ ਦੀ ਤਾਜ਼ਾ ਅਪਡੇਟ ਜਿਵੇਂ ਦੋਸਤੋ ਪੰਜਾਬ ਦੇ ਵਿੱਚ ਪਿਛਲੇ ਦੋ ਹਫ਼ਤੇ ਤੋਂ ਮੌਸਮਾ ਸਾਫ਼ ਚੱਲ ਰਿਹਾ ਤੇ ਤੇਜ਼ ਧੁੱਪ ਦੀ ਵਜ੍ਹਾ ਦੇ ਨਾਲ ਗਰਮੀ ਮਹਿਸੂਸ ਹੁਣ ਲੱਗ ਪਈ ਹੈ ਤੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਦਿਨ ਦਾ ਪਾਰ 27 ਤੋਂ 30 ਡਿਗਰੀ ਸੈਲਸੀਅਸ ਚੱਲ ਰਿਹਾ ਤੇ ਬਾਦੇ ਪਾਰੇ ਦੀ ਵਜ੍ਹਾ ਦੇ ਨਾਲ ਕਣਕ ਦੀ ਫਸਲ ਤੇ ਸੰਕਟ ਮੰਡਰਾ ਰਿਹਾ ਤੇ ਇਸ ਦਰਾਂ ਕਿਸਾਨ ਇਹੀ ਅਰਦਾਸ ਕਰ ਰਹੇ ਹਨ ਕਿ ਕਿਸੇ ਤਰ੍ਹਾਂ ਮੌਸਮ ਦੇ ਗਰਮ ਮિજાਜ ਠੰਡੇ ਹੋ ਜਾਣ ਤੇ ਹਦਰਾਨਕ ਸਨ ਦੇ ਲਈ ਚੰਗੀ ਖਬਰ ਹੈ ਮੌਸਮਾ ਕੇਂਦਰ ਚੰਡੀਗੜ੍ਹ ਦੀ ਮੰਗਿਆ ਤਾਂ ਪੰਜਾਬ ਦੇ ਵਿੱਚ ਮੌਸਮਾ ਬਦਲਣ ਜਾ ਰਿਹਾ ਤੇ ਵਿਭਾਗ ਦੇ ਮੁਤਾਬਕ ਹਿਮਾਚਲ ਅ ਰੀਜਨ ਵਿੱਚ ਦੁਬਾਰਾ ਪੱਛਮੀ ਦਬਾਅ ਵਾਲਾ ਐਕਟਿਵ ਹੁਣ ਜਾ ਰਿਹਾ ਤੇ ਐਸ ਦੇ ਕਾਰਨ ਮੌਸਮਾ ਵਿੱਚ ਸੋਮਵਾਰ ਤੇ ਮੰਗਲਵਾਰ ਨੂੰ ਬਦਲੇ ਛਾਏ ਰਹਿਣ ਦੀ ਸੰਭਾਵਨਾ ਪਾਰਗਾਟਾ ਕੀਤੇ ਅਤੇ ਹਦੇ ਨਾਲ ਹੀ ਬੂੰਦਾਬੰਦੀ ਤੇ 23 ਹਵਾਵਾਂ ਚੱਲਣ ਦੀ ਸੰਭਾਵਨਾ ਤੇ ਹਵਾਵਾਂ ਦੇ ਰਫਤਾਰ 20 ਤੋਂ ਲੈ ਕੇ 30 ਕਿਲੋਮੀਟਰ ਪ੍ਰਤੀ ਘੰਟਾ ਰਹਿ ਸਕਦੀ ਹੈ। ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹੰਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਹੋਏ ਘੰਟੀ ਵਾਲੇ ਬਟਨ ਨੂੰ ਦਬਕੇ ਆਲਟ ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਉਹ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਲੁਧਿਆਣਾ ਵਾਸੀਆਂ ਨੂੰ ਗੰਦੇ ਪਾਣੀ ਤੇ ਗੰਭੀਰ ਬਿਮਾਰੀਆਂ ਤੋਂ ਮਿਲੇਗੀ ਨਜਾਤ ਬੁੱਢੇ ਨਾਲੇ ਦੀ ਸਫਾਈ ਦੇ ਲਈ ਸੀਐਮ ਮਾਨ ਨੇ ਲਿਆਂਦਾ ਪ੍ਰੋਜੈਕਟ ਜੀ ਆਂ ਦੋਸਤੋ ਬੁੱਢੇ ਨਾਲੇ ਨੂੰ ਮੜਾ ਬੁੱਢਾ ਦਰਿਆ ਬਣਾਉਣ ਦਾ ਐਲਾਨ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ ਬੁੱਢੇ ਨਾਲੇ ਦੀ ਸਫਾਈ ਤੇ ਕਾਇਆਕਲਪ ਦੇ ਲਈ 315.50 ਕਰੋੜ ਰੁਪਏ ਦੀ ਲਾਗਤ ਦੇ ਨਾਲ ਸੀਬੇਜ ਟ੍ਰੀਟਮੈਂਟ ਆ ਪਲਾਂਟ ਸਮੇਤ ਹੋਰ ਹੈ ਪ੍ਰੋਜੈਕਟ ਲੋਕਾਂ ਨੂੰ ਸਮਰਪਿਤ ਕੀਤਾ ਤੇ ਜਿਸ ਦੇ ਨਾਲ ਲੋਕਾਂ ਨੂੰ ਦੂਸ਼ਿਤ ਪਾਣੀ ਤੇ ਗੰਮੀਰ ਬਿਮਾਰੀਆਂ ਤੋਂ निजात ਮਿਲੇਗੀ ਤੇ ਕੱਲ ਇੱਥੇ ਐਸਟੀਪੀ ਨੂੰ ਸਮਰਪਿਤ ਸਮਰਪਿਤ ਕਰਨ ਮੌਕੇ ਆਪਣੇ ਸੰਬੋਧਨ ਦੇ ਵਿੱਚ ਮੁੱਖ ਮੰਤਰੀ ਨੇ ਦੂਸ਼ਿਤ ਯਾਨੀ ਕਿ ਪ੍ਰਦੂਸ਼ਿਤ ਹੋ ਚੁੱਕੇ ਬੁੱਢੇ ਨਾਲੇ ਦੇ ਉੱਤੇ ਚਿੰਤਾ ਜ਼ਾਹਰ ਕੀਤੀ ਹੈ ਤੇ ਸੂਬੇ ਖਾਸ ਕਰਕੇ ਲੁਧਿਆਣਾ ਵਾਸੀਆਂ ਨੂੰ ਬੁੱਢੇ ਨਾਲੇ ਦੇ ਗੰਦੇ ਪਾਣੀ ਦੇ ਪ੍ਰਦੂਸ਼ਣ ਤੋਂ ਮੁਕਤ ਕਰਵਾਉਣ ਦੇ ਲਈ ਮੁੱਖ ਮੰਤਰੀ ਨੇ ਕਹਿ ਕੇ ਦੂਸ਼ਿਤ ਹੋ ਚੁੱਕਾ ਇਹ ਨਾਲਾ ਪਿਛਲੀਆਂ ਸਰਕਾਰਾਂ ਦੇ ਲਾਪਰਵਾਹੀ ਦਾ ਨਤੀਜਾ ਅਤੇ ਜਿਸਦਾ ਖਾਮਿਆਜਾ ਲੋਕ ਭੁਗਤ ਰਹੇ ਸਨ ਬਲਕਾਰ ਸਿੰਘ ਨੇ ਦਮਕਲ ਵਿਭਾਗ ਤੋਂ ਰਿਟਾਇਰਮੈਂਟ ਦੀ ਕੀਤੀ ਸੀ ਮੰਗ ਨਗਰ ਕੌਂਸਲ ਨੇ ਦਿੱਤੀ ਮਨਜ਼ੂਰੀ ਜੀਹਾਂ ਦੋਸਤੋ ਮਰਹੂਮ ਪੰਜਾਬੀ ਗਾਇਕ ਸੁਧਮੂਸਵਾਲ ਦੇ ਪਿਤਾ ਨੇ ਮਾਨਸਾ ਨਗਰ ਕੌਂਸਲ ਨੂੰ ਪੱਤਰ ਲਿਖ ਕੇ ਵਲੈਂਟਰੀ ਰਿਟਾਇਰਮੈਂਟ ਦੀ ਮੰਗ ਕੀਤੀ ਤੇ ਜਸ ਨੂੰ ਕੱਲ ਨਗਰ ਕੌਂਸਲ ਦੀ ਮੀਟਿੰਗ ਦੇ ਵਿੱਚ ਮਨਜ਼ੂਰੀ ਦੇ ਦਿੱਤੀ ਗਈ ਹੈ। ਦਮਕਲ ਵਿਭਾਗ ਦੇ ਵਿੱਚ ਨੌਕਰੀ ਕਰਦੇ ਸੀ ਬਲਕੌਰ ਸਿੰਘ ਦੱਸਦਿਹਾ ਕਿ ਸੁਧਮੂਸ ਬਲ ਦੇ ਪਿਤਾ ਬਲਕੌਰ ਸਿੰਘਾ ਦਮਕਲ ਵਿਭਾਗ ਦੇ ਵਿੱਚ ਨੌਕਰੀ ਕਰਦੇ ਸੀ। ਦੱਸਦਿਹਾ ਕਿ ਉਹਨਾਂ ਨੇ ਮਾਨਸਾ ਨਗਰ ਕੌਂਸਲ ਨੂੰ ਪੱਤਰ ਲਿਖ ਕੇ ਵਲੰਟਰੀ ਰਿਟਾਇਰਮੈਂਟ ਦੀ ਮੰਗ ਕੀਤੀ ਤੇ ਜਸ ਨੂੰ ਕੱਲ ਨਗਰ ਕੌਂਸਲ ਦੀ ਮੀਟਿੰਗ ਦੇ ਵਿੱਚ ਮਨਜ਼ੂਰੀ ਦਿੱਤੀ ਗਈ ਹੈ। ਅਗਲੀ ਖਬਰ ਪੁਰਾਣੀ ਪੈਨਸ਼ਨਾਂ ਜੋ ਇਹਨਾਂ ਘਟਾਈ ਵਿੱਚ ਐਨਪੀਸੀ ਤਹਿਤ ਜਮਾ ਪੈਸਾ ਰਾਜਾਂ ਨੂੰ ਵਾਪਸ ਨਹੀਂ ਕੀਤਾ ਜਾ ਸਕਦਾ ਸੀ ਤਾਰਮਨ ਜੀ ਆਹ ਯਾਰ ਦੋਸਤੋ ਰਾਜਸਥਾਨ ਸਮੇਤ ਕਈ ਰਾਜਾਂ ਨੇ ਬਲੋ ਆਪਣੇ ਕਰਮਚਾਰੀਆਂ ਦੇ ਲਈ ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕਰਨ ਤੇ ਕੀਤੇ ਐਲਾਨ ਦੇ ਸਬੰਧ ਵਿੱਚ ਕੱਲ ਕੇਂਦਰ ਸਰਕਾਰ ਨੇ ਮੜੋ ਸਪਸ਼ਟ ਕੀਤਾ ਕਿ ਨਵੀਂ ਪੈਨਸ਼ਨ ਸਕੀਮ ਦੇ ਤਹਿਤ ਜਮਾ ਕੀਤੇ ਪੈਸੇ ਨੂੰ ਰਾਜਾਂ ਨੂੰ ਵਾਪਸ ਨਹੀਂ ਕੀਤੇ ਜਾਣਗੇ ਵਿਸ਼ਾ ਮੰਤਰੀ ਨਰਮਲਾ ਸਿਤਾਰਮਨ ਅਤੇ ਵਿੱਤੀ ਸੇਵਾ ਮੰਤਰੀ ਸਕੱਤਰ ਵਿਵੇਕ ਜੋਸ਼ੀ ਅਦੂਬਾ ਨੇ ਇਹ ਤੇ ਕਹਿ ਕੇ ਜੀ ਕੋਈ ਰਾਜ ਇਹ ਅਮੀਰਕਾਰੀ ਹੈ ਕਿ ਐਨਪੀਸੀ ਦੇ ਲਈ ਜਮਾ ਕੀਤਾ ਪੈਸਾ ਉਹਨਾਂ ਨੂੰ ਵਾਪਸ ਕਰ ਦਿੱਤਾ ਜਾਵੇਗਾ ਤਾਂ ਇਹ ਅਸੰਭਵ ਹੈ। ਅਗਲੀ ਖਬਰ ਫੇਸਬੁੱਕ ਤੇ ਪੈਸੇ ਦੇ ਕੇ ਬਲੂ ਟੈਕ ਜੈਕਰਬਰਗ ਨੇ ਦੱਸਿਆ ਅਕਾਊਂਟ ਦੀ ਵੈਰੀਫਿਕੇਸ਼ਨ ਕਿਵੇਂ ਹੋਵੇਗੀ? ਤਾ ਦੋਸਤੋ ਹੁਣ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁਕ ਤੇ ਬਲੂ ਟੈਕ ਲਗਾਉਣਾ ਆਸਾਨ ਹੋ ਜਾਵੇਗਾ ਮੀਟਾ ਦੇ ਸੰਸਤਾਪਕ ਮਾਰਕ ਜਗਰਬਰਗ ਨੇ ਐਲਾਨ ਕੀਤਾ ਹੈ ਕਿ ਮੀਟਾ ਵੈਰੀਫਾਈਡ ਨੂੰ ਫੇਸਬੁਕ ਇਸ ਹਫਤੇ ਲਾਂਚ ਕਰੇਗੀ ਤੇ ਬਲੂ ਟੈਕ ਤੇ ਪੈਸੇ ਦੇ ਕੇ ਮਿਲੇਗਾ ਤੇ ਖਾਤਾ ਵੀ ਵੈਰੀਫਾਈ ਕੀਤਾ ਜਾਵੇਗਾ ਇਸ ਤੋਂ ਪਹਿਲਾਂ ਟਵਿੱਟਰ ਨੂੰ ਲੈ ਕੇ ਅਲੌਨ ਮਾਸਕ ਵੱਲੋਂ ਵੀ ਅਜੇ ਹਿਲਾਣ ਕੀਤਾ ਜਾ ਚੁੱਕਾ ਹੈ ਤੇ ਉੱਤੇ ਇੱਕ ਨਿਸ਼ਚਿਤ ਰਾਕਮ ਦੇ ਕੇ ਬਲੂ ਟੈਕਪ ਆਇਆ ਜਾ ਸਕਦਾ ਹੈ। ਅਗਲੀ ਖਬਰ ਐ ਜੀ ਪੀ ਸੀ ਨੇ ਅਮਰਦ ਸਰਬੈਚ ਕੀਤੀ ਹੰਗਾਮੀ ਮੀਟਿੰਗ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਹਰਿਆਣਾ ਸਰਕਾਰ ਨੂੰ ਕੀਤੀ ਤਾੜਨਾ। ਯਾਹਾਂ ਦੋਸਤੋ ਕੁਰੂਕ ਖੇਤਰ ਵਿੱਚ ਐ ਜੀ ਪੀ ਸੀ ਅਤੇ ਐਚ ਐਸ ਜੀ ਪੀ ਸੀ ਵਿਚਾਲੇ ਹੋਏ ਬਿਵਾਦ ਤੋਂ ਬਾਅਦ ਅਮਰਦ ਸਰਦ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਬੋਲ ਅਮਰਜੈਂਸੀ ਮੀਟਿੰਗ ਬੁਲਾਈ ਗਿਆ ਤੇ ਇਸ ਮੀਟਿੰਗ ਨੇ ਬੈਚਿਆ। ਹਰਜਿੰਦਰ ਸਿੰਘ ਧਾਮੀ ਨੇ ਗੁਰਦੁਆਰਾ ਸਾਹਿਬ ਦੀ ਗੋਲਕ ਦੇ ਤਾਲੇ ਤੋੜਨਾ ਅਤੇ ਮर्यादा ਦੇ ਉਲੰਘਣ ਦਾ ਲਿਆ ਸਖਤ ਨੋਟਿਸ ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਵੱਲੋਂ ਹਰਿਆਣਾ ਸਰਕਾਰ ਨੂੰ ਗੁਰਦੁਆਰਾ ਪ੍ਰਬੰਧਾਂ ਦੇ ਵਿੱਚ ਦਖਲ ਅੰਦਾਜ਼ੀ ਬੰਦ ਕਰਨ ਦੀ ਤਾੜਨਾ ਕੀਤੀ ਗਈ ਸੁਪਰੀਮ ਕੋਰਟ ਨੇ ਕੁੜੀਆਂ ਦੇ ਵਿਆਹ ਦੀ ਉਮਰ ਲੜਕਿਆਂ ਦੇ ਬਰਾਬਰ ਕਰਨ ਵਾਲੀ ਪਟੀਸ਼ਨ ਕੀਤੇ ਇਰਾਦਾ ਤਾਂ ਦੋਸਤੋ ਸਾਰੇ ਧਰਮਾਂ ਦੇ ਵਿੱਚ ਕੁੜੀਆਂ ਦੇ ਵਿਆਹ ਦੀ ਉਮਰ ਲੜਕਿਆਂ ਦੇ ਬਰਾਬਰ ਕਰਨ ਦੀ ਪਟੀਸ਼ਨ ਨੂੰ ਸੁਪਰੀਮਾ ਕੋਰਟ ਨੇ ਖਾਰਜ ਕਰ ਦਿੱਤਾ ਅਤੇ ਇਸ ਮਾਮਲੇ ਨੂੰ ਖਾਰਜ ਕਰਦਿਆ ਸੁਪਰੀਮ ਕੋਰਟ ਨੇ ਵੱਡੀ ਟਿੱਪਣੀ ਕੀਤੀ ਹੈ ਚੀਫ ਜਸਟਿਸ ਡਿਵਾਈ ਚੰਦਰ ਚੂੜ ਨੇ ਕਹਿ ਕੇ ਸੰਵਿਧਾਨ ਦੇ ਰੱਖਿਆ ਕਵਜੋ ਦੇ ਦੇ ਸੁਪਰੀਮ ਕੋਰਟ ਦੇ ਕੋਲ ਹੈ ਕੋਈ ਖਾਸ ਅਧਿਕਾਰ ਨਹੀਂ ਅਤੇ ਸੰਵਿਧਾਨ ਦੀ ਰੱਖਿਆ ਦੇ ਲਈ ਸੰਸਦ ਕੋਲ ਹੈ ਉਹਨਾਂ ਹੀ ਅਧਿਕਾਰ ਹੈ ਤੇ ਸੰਸਦ ਦੇ ਕੋਲ ਅਧਿਕਾਰ ਹੈ ਕਿ ਉਹ ਕਿਸੇ ਵੀ ਕਾਨੂੰਨ ਦੇ ਵਿੱਚ ਸੋਧ ਕਰ ਸਕਦੇ ਹੈ ਸੁਪਰੀਮ ਕੋਰਟ ਨੇ ਇਸ ਸਬ ਮਾਮਲੇ ਦੇ ਵਿੱਚ ਕਿਸੇ ਤਰ੍ਹਾਂ ਦਾ ਨਿਰਦੇਸ਼ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ ਤੇ ਸਾਰੇ ਧਰਮਾਂ ਦੇ ਵਿੱਚ ਕੁੜੀਆਂ ਦੇ ਵਿਆਹ ਦੀ ਉਮਰ ਲੜਕਿਆਂ ਦੇ ਬਰਾਬਰ 21 ਸਾਲ ਕਰਨ ਦੀ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਖਾਰਜ ਕਰਦਿਆ ਕਿਹਾ ਕਿ ਇਹ ਕਾਨੂੰਨ ਵਿੱਚ ਸੋਧ ਕਰਨ ਦਾ ਮਾਮਲਾ ਤੇ ਸੁਪਰੀਮ ਕੋਰਟ ਇਸ ਮਾਮਲੇ ਦੇ ਵਿੱਚ ਸੰਸਦ ਨੂੰ ਕਾਨੂੰਨ ਲਿਆਉਣ ਦੇ ਲਈ ਹੁਕਮ ਨਹੀਂ ਦੇ ਸਕਦਾ ਹੈ ਜੇਕਰ ਸੁਪਰੀਮ ਕੋਰਟ ਵਿਆਦ ਲਈ ਘੱਟ ਤੋਂ ਘੱਟ 18 ਸਾਲ ਦੀ ਉਮਰ ਦੇ ਨਿਯਮ ਨੂੰ ਰੱਦ ਕਰ ਦਿੰਦਾ ਤਾਂ ਫਿਰ ਵਿਆਹ ਦੇ ਲਈ ਕੋਈ ਘਟੂ ਘਟ ਉਮਰ ਨਹੀਂ ਰਹਿ ਜਾਵਗੀ ਤੇ ਸੁਪਰੀਮ ਕੋਰਟ ਨੇ ਇਸ ਮਾਮਲੇ ਦੇ ਵਿੱਚ ਪਟੀਸ਼ਨ ਦਾਇਰ ਕਰਨ ਵਾਲੇ ਭਾਈਪਰ ਨੇਤਾ ਦੇ ਵਕੀਲ ਅਸ਼ਬਨੀ ਉਪਾਧਿ ਹੈ ਨੂੰ ਕਿਹਾ ਕਿ ਇਹ ਕੋਈ ਰਾਜਨੀਤਿਕ ਮੰਚ ਨਹੀਂ ਅਤੇ ਸਾਨੂੰ ਇਹ ਨਾ ਸਿਖਾਓ ਕਿ ਸੰਵਿਧਾਨ ਦੇ ਰੱਖਕ ਵੱਜੋਂ ਸਾਨੂੰ ਕੀ ਕਰਨਾ ਚਾਹੀਦਾ ਸੀਐਮ ਮਾਨ ਨੇ ਕੇਂਦਰੀ ਵਾਤਾਵਰਣ ਮੰਤਰੀ ਦੇ ਅੱਗੇ ਟੈਕਸਾਂ ਅਤੇ ਦਿਹਾਤੀ ਵਿਕਾਸ ਫੰਡਾਂ ਦਾ ਬਕਾਇਆ ਤਰੰਤ ਜਾਰੀ ਕਰਨ ਦਾ ਚੁੱਕਿਆ ਮਸਲਾ ਤਾਂ ਦੋਸਤੋ ਪੰਜਾਬ ਨੂੰ ਦੇਸ਼ ਦਾ ਮੂਰੀ ਸੁਭਾ ਬਣਾਉਣ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ ਕੇਂਦਰੀ ਵਾਤਾਵਰਣ ਮੰਤਰੀ ਦੇ ਅੱਗੇ ਟੈਕਸਾਂ ਵਿੱਚੋਂ ਸੂਬੇ ਦਾ ਬੰਦਾ ਹਿੱਸਾ ਅਤੇ ਪਿੰਡੂ ਵਿਕਾਸ ਫੰਡਾਂ ਦੇ ਬਕਾਇਆ ਤਰੰਤ ਜਾਰੀ ਕਰਨ ਦਾ ਮਸਲਾ ਚੁੱਕਿਆ ਤੇ ਮੁੱਖ ਮੰਤਰੀ ਨੇ ਕੱਲ ਇੱਥੇ ਚੋਨੇ ਦੀ ਉਪਰਾਲੀ ਦੇ ਪ੍ਰਭਾਵੀ ਪ੍ਰਬੰਧ ਦੇ ਲਈ ਕਾਰਵਾਈ ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਅੱਧ ਦੇ ਸਮਾਜਿਕ ਆਰਥਿਕ ਵਿਕਾਸ ਦੇ ਵਿੱਚ ਯੋਗਦਾਨ ਪਾਉਣ ਦੇ ਲਈ ਸੂਬਿਆਂ ਦੀ ਵਿੱਤੀ ਸਥਿਰਤਾ ਦੀ ਲੋੜ 'ਤੇ ਜ਼ੋਰ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਸੂਬਿਆਂ ਨੂੰ ਦੇਸ਼ ਦੇ ਵਿਕਾਸ ਦੇ ਵਿੱਚ ਅਭਿਆਪਕ ਅਤੇ ਅਸਰਦਾਰ ਭੂਮਿਕਾ ਨਿਭਾਉਣ ਦੇ ਲਈ ਤਾਕਤਾਂ ਦਿਨੀਆਂ ਚਾਹੀਦੀਆਂ ਹਨ ਤੇ ਭਗਵੰਤ ਮਾਨ ਨੇ ਕਿਹਾ ਕਿ ਇਸ ਦੇ ਲਈ ਕੇਂਦਰ ਸਰਕਾਰ ਨੂੰ ਟੈਕਸਾਂ ਤੇ ਪਿੰਡੂ ਵਿਕਾਸ ਫੰਡ ਦਾ ਬਕਾਇਆ ਹਿੱਸਾ ਜਾਰੀ ਕਰਨਾ ਚਾਹੀਦਾ ਤੇ ਮੁੱਖ ਮੰਤਰੀ ਨੇ ਇਸ ਮੁੱਦੇ ਨੂੰ ਟੱਕ ਮੈਂ ਮੰਚ ਤੇ ਚੁੱਕਣ ਦੇ ਲਈ ਕੇਂਦਰੀ ਵਾਤਾਵਰਣ ਮੰਤਰੀ ਪਪੇਂਦਰ ਜਾਦਵ ਦੇ ਦਖਲ ਦੀ ਮੰਗ ਕੀਤੀ ਮੋਹਾਲੀ ਵਿੱਚ ਪਰਾਲੀ ਸੰਬੰਧੀ ਕੀ ਬੋਲੇ ਮੁੱਖ ਮੰਤਰੀ ਮਾਨ ਸੁਣੋ ਤਾਂ ਦੋਸਤੋ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਮਨੋਹਰ ਲਾਲ ਖੱਟਰ ਨੇ ਮੋਹਾਲੀ ਦੇ ਵਿੱਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵੱਲੋਂ ਪਰਾਲੀ ਪ੍ਰਬੰਧਨ ਬਾਰੇ ਕਰਵਾਈ ਵਰਕਸ਼ਾਪ ਦੇ ਵਿੱਚ ਸ਼ਰਕਤ ਕੀਤੀ ਹੈ ਤੇ ਪਰਾਲੀ ਇੱਕ ਪੂੰਜੀ ਸਰਲੇਖ ਵਾਲੀ ਇਸ ਵਰਕਸ਼ਾਪ ਦੇ ਵਿੱਚ ਮੁੱਖ ਮੰਤਰੀ ਮਾਨ ਨੇ ਕਿਹਾ ਹੈ ਕਿ ਕੋਈ ਵੀ ਕਿਸਾਨ ਪਰਾਲੀ ਨੂੰ ਆਗਰ ਨਹੀਂ ਲਗਾਉਣਾ ਚਾਹੁੰਦਾ ਪਰ ਉਹਦੇ ਕੋਲ ਪਰਾਲੀ ਪ੍ਰਬੰਧਨ ਦੇ ਲਈ ਨਾ ਤਾਂ ਕੋਈ ਵਿਧੀ ਹੈ ਤੇ ਨਾ ਹੀ ਸਮਾਂ ਹੈ ਮਾਨਯੋਗ ਸਰੋਖੇ ਪੰਜਾਬ ਸਰਕਾਰ ਦੇ ਵੱਲੋਂ 15 ਤੋਂ 30 ਅਕਤੂਬਰ ਤੱਕ ਦੇ ਦੇ ਬੱਖ-ਬੱਖ ਰਾਜਾਂ ਦੇ ਵਿੱਚ ਝੋਨੇ ਦੀ ਫਸਲ ਹੈ ਇਹ ਭੇਜੀ ਜਾਂਦੀ ਹੈ ਤੇ ਕਿਸਾਨ ਦੇ ਕੋਲ ਪਰਾਲੀ ਦੇ ਪ੍ਰਬੰਧਨ ਦੇ ਲਈ ਸਿਰਫ 10 ਦਿਨ ਹਨ ਕਿਉਂਕਿ ਦੂਜੀ ਫਸਲ ਦਾ ਸਮਾਂ ਨਵੰਬਰ ਮਹੀਨੇ ਵਿੱਚ ਆਉਂਦਾ ਤੇ ਸੀਐਮਾ ਭਗਵੰਤ ਮਾਨ ਦਾ ਸੰਬੋਧਨ ਚੱਲ ਰਿਹਾ ਤੇ ਜਦੋਂ ਹਰਿਆਣਾ ਦੇ ਸੀਐਮ ਮਨੋਹਰ ਲਾਲ ਖੱਟਰ ਉੱਤੇ ਪਹੁੰਚੇ ਤੇ ਸੀਐਮ ਮਨੋਹਰ ਲਾਲ ਦਾ ਸਵਾਗਤ ਕਰਦੇ ਹੋਏ ਕਿ ਆ ਕੇ ਮਾਨ ਨੇ ਉਹਨਾਂ ਦਾ ਜ਼ਿਕਰ ਕੀਤਾ ਤੇ ਸੀਐਮ ਮਾਨ ਨੇ ਕਿਹਾ ਕਿ ਪ੍ਰਾਲੀ ਸਾੜਨ ਅਤੇ ਧੂਆਂ ਦਿੱਲੀ ਅਤੇ ਐਨਸੀਆਰ ਦੇ ਆਲੇ-ਦੁਆਲੇ ਪਹੁੰਚਣ ਦੇ ਲਈ 4-5 ਦਿਨ ਲੱਗ ਜਾਂਦੇ ਹਨ ਜਦੋਂ ਕਿ ਧੂਆਂ ਸਭ ਤੋਂ ਪਹਿਲਾਂ ਐ ਕਿਸਾਨ ਦੇ ਘਰਾਂ ਵਿੱਚ ਪਹੁੰਚਦਾ ਪਰ ਹੱਲ ਨਾ ਹੋਣ ਦੇ ਕਾਰਨ ਕਿਸਾਨ ਬੇਵਸੰਤ ਤੇ ਮਾਨ ਨੇ ਇਹਦੇ ਹੱਲ ਦੇ ਲਈ ਨਵੀਨਤਕ ਤਕਨੀਕਾਂ ਅਪਣਾਉਣ ਦੀ ਲੋੜ ਦੱਸੀ ਆ ਤੇ ਇਸ ਦੇ ਨਾਲ ਹੀ ਪਰਾਲੀ ਰੂੜੀ ਤੋਂ ਬਾਇਓਗੈਸ ਦਾ ਤੋਂ ਇਲਾਵਾ ਬਿਜਲੀ ਦੀ ਵਿਵਸਥਾ ਬਾਰੇ ਵੀ ਦੱਸਿਆ ਗਿਆ ਜਰਮਨ ਕੰਪਨੀ ਬਰ ਬੀਓ ਦੇ ਲਹਿਰਾਗਾਗਾ ਪਲਾਂਟ ਦਾ ਜ਼ਿਕਰ ਕਰਦਿਆਂ ਮੰਨਿਆ ਕਿ ਕੰਪਨੀ ਨੂੰ ਇੱਕ ਸਾਲ ਦੇ ਵਿੱਚ 1 ਲੱਖ ਮੀਟਰਕ ਟਨ ਪਰਾਲੀ ਦੀ ਲੋੜ ਹੈ ਸਰਕਾਰੀ ਨੌਕਰੀ ਦੇ ਲਈ 10ਵੀਂ ਪਾਸ ਵੀ ਕਰੋ ਅਪਲਾਈ ਮਿਲੇਗੀ 69000 ਤਨਖਾਹ ਯਾ ਦੋਸਤੋ ਜੇ ਤੁਸੀਂ ਸਰਕਾਰੀ ਨੌਕਰੀ ਕਰਨ ਦੇ ਨਾਲ-ਨਾਲ ਦੇਸ਼ ਦੀ ਸੇਵਾ ਵੀ ਕਰਨਾ ਚਾਹੁੰਦੇ ਹੋ ਤਾਂ ਇਹ ਤੁਹਾਡੇ ਲਈ ਸੁਨਹਿਰੀ ਮੌਕਾ ਹੋ ਸਕਦਾ ਹੈ ਕੇਂਦਰੀ ਅਧਿయోగਿਕ ਸੁਰੱਖਿਆ ਬਲ ਯਾਨੀ ਕਿ CISF ਵਿੱਚ ਕੌਨਸਟੇਬਲ ਡਰਾਈਵਰ ਅਤੇ ਕੌਨਸਟੇਬਲ ਡਰਾਈਵਰ ਕੰਮ ਪੰਪ ਆਪਰੇਟਰਾਂ ਦੀਆਂ ਅਸਾਮੀਆਂ ਦੇ ਲਈ ਭਰਤੀ ਦੇ ਲਈ ਬਿਨੇ ਪੱਤਰ ਮੰਗੇ ਗਏ ਹੁੰਦੇ CISF ਇਹਨਾਂ ਅਸਾਮੀਆਂ ਦੇ ਲਈ ਕੁੱਲ 451 ਅਸਾਮੀਆਂ करेगा ਤੇ ਜਿਹੜੇ ਉਮੀਦਵਾਰ ਇਹਨਾਂ ਸਾਮੀਆਂ ਦੇ ਲਈ ਦਿਲਚਸਪੀ ਰੱਖਦੇ ਹਨ ਤੇ ਯੋਗਤਾ ਵੀ ਰੱਖਦੇ ਹਨ ਤੇ ਉਹ CISF ਦੇ ਅਧਿਕਾਰਤ ਵੈਬਸਾਈਟ CISF.re.cwt.in ਤੇ ਜਾ ਕੇ ਆਨਲਾਈਨ ਮੂੜਦੇ ਰਹੀ ਅਪਲਾਈ ਕਰ ਸਕਦੇ ਹਨ ਤੇ ਇਸ ਅਪਲਾਈ ਕਰਨ ਦੀ ਪ੍ਰਕਿਰਿਆ ਤੋਂ ਬਾਅਦ ਤੁਹਾਨੂੰ ਚੁਣੇ ਜਾਣ ਤੇ 69000 ਪ੍ਰਤੀ ਮਹੀਨਾ ਸੈਲਰੀ ਵੀ ਮਿਲੇਗੀ ਹੋਣਾ ਡੀਜੇ ਪਟਾਕੇ ਚਲਾਉਣ ਤੇ ਲੱਗੇਗਾ 1 ਲੱਖ ਰੁਪਏ ਜੁਰਮਾਨਾ ਤਾਂ ਦੋਸਤੋ ਹਰਿਆਣਾ ਦੇ ਪਾਣੀਪਤ ਜ਼ਿਲ੍ਹੇ ਦੇ ਆਹਰ ਪਿੰਡ ਦੀ ਪੰਚਾਇਤ ਨੇ ਡੀਜੇ ਤੇ ਪਟਾਕੇ ਵਜਾਉਣ ਦੇ ਵਿਰੁੱਧ ਸਖਤ ਰੋਖ ਅਖਤਿਆਰ ਕੀਤਾ ਹੈ ਤੇ ਪਿੰਡ ਵਿੱਚ ਹੋਈ ਪੰਚਾਇਤ ਵਿੱਚ ਫੈਸਲਾ ਕੀਤਾ ਗਿਆ ਹੈ ਕਿ ਵਿਆਹ ਸਮਾਗਮ ਵਿੱਚ ਰਾਤ 10 ਵਜੇ ਤੱਕ ਹੀ ਡੀਜੇ বাজਾਇਆ ਜਾ ਸਕੇਗਾ ਵਿਆਹ ਸਮਾਗਮਾਂ ਵਿੱਚ ਪਟਾਕੇ ਚਲਾਉਣ ਤੇ ਮੁਕੰਮਲ ਪਾਬੰਦੀ ਹੋਵੇਗੀ ਤੇ ਇਸ ਦੇ ਨਾਲ ਹੀ ਉਲੰਘਣਾ ਕਰਨ ਵਾਲੇ ਨੂੰ 50000 ਰੁਪਏ ਤੋਂ ਲੈ ਕੇ 1 ਲੱਖ ਰੁਪਏ ਤੱਕ ਦਾ ਜੁਰਮਾਨਾ ਲਗਾਏ ਜਾਵੇਗਾ ਬੰਬ ਪਟਾਕੇ ਚਲਾਉਣ ਵਾਲੇ ਵਿਅਕਤੀ ਤੇ 1 ਲੱਖ ਰੁਪਏ ਦਾ ਜੁਰਮਾਨਾ ਲੱਗੇਗਾ ਬੰਬ ਵੇਚਣ ਵਾਲੇ ਤੇ 50000 ਰੁਪਏ ਦਾ ਜੁਰਮਾਨਾ ਹੋਵੇਗਾ ਤੇ ਇਸ ਦੇ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਐਨ ਜੀਟੀ ਦੇ ਵੱਲੋਂ ਵੀ ਕਾਰਵਾਈ ਕੀਤੀ ਜਾਵੇਗੀ